ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਨਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਸ ਦੇ ਵਿੱਚ ਹੁਣ ਬਲਦੇਵ ਸਿੰਘ ਸਿਰਸਾ ਵੀ ਆਪਣਾ ਯੋਗਦਾਨ ਪਾਉਣਗੇ ਜਿਹੜੇ ਕਿ ਕਿਸਾਨ ਲੀਡਰ ਵੀ ਨੇ ਅਤੇ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਵੀ ਲੱਗੇ ਰਹਿੰਦੇ ਨੇ ਬਲਦੇਵ ਸਿੰਘ ਸਿਰਸਾ ਨੇ ਸ਼ਨੀਚਰਵਾਰ ਨੂੰ ਮੋਹਾਲੀ ਦੇ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਐਲਾਨ ਕੀਤਾ ਹੈ ਕਿ ਪਿਛਲੇ ਦਿਨੀ ਮੁੱਖ ਮੰਤਰੀ ਨਾਲ ਕਿਸਾਨਾਂ ਦੀ ਹੋਈ ਮੀਟਿੰਗ ਦੇ ਵਿੱਚ ਸਰਕਾਰ ਦੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਾਨੂੰ ਕਿਹਾ ਸੀ ਕਿ ਪੰਚਾਇਤੀ ਜ਼ਮੀਨਾਂ ਛੁਡਵਾਉਣ ਦੇ ਵਿੱਚ ਕਿਸਾਨ ਸਾਡਾ ਸਹਿਯੋਗ ਕਰਨ ਅਤੇ ਇਸੇ ਸੰਬੰਧ ਵਿੱਚ ਅਸੀਂ ਸੋਮਵਾਰ ਨੂੰ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਮੀਟਿੰਗ ਕਰਨ ਜਾ ਰਹੇ ਹਾਂ ਅਤੇ ਇਸ ਮੀਟਿੰਗ ਦੇ ਵਿੱਚ ਅਸੀਂ ਡੇਰਾ ਰਾਧਾ ਸਵਾਮੀ ਬਿਆਸ ਦੇ ਵੱਲੋਂ ਜ਼ਮੀਨਾਂ 'ਤੇ ਜਿਹੜੇ ਕਬਜ਼ੇ ਗਏ ਕੀਤੇ ਹੋਏ ਨੇ ਉਹਨਾਂ ਦਾ ਪੂਰਾ ਰਿਕਾਰਡ ਖੋਲ੍ਹ ਕੇ ਰੱਖ ਦਿਆਂਗੇ ਸਬੂਤਾਂ ਸਮੇਤ। ਇੱਕ ਦਿਨ ਪਹਿਲਾਂ ਸਿਰਸਾ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪ੍ਰੈਸ ਕਾਨਫਰੰਸ ਕਰਦੇ ਹੋਏ ਇਹ ਦਾਅਵਾ ਕੀਤਾ ਸੀ ਕਿ ਡੇਰਾ ਬਿਆਸ ਦੇ ਮੌਜੂਦਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਲੋਕਾਂ ਦੀ ਜ਼ਮੀਨ ਕਿਵੇਂ ਹੜੱਪ ਰੱਖੀ ਹੈ। ਧਰਮ ਦੇ ਨਾਂ 'ਤੇ ਬਣੇ ਡੇਰੇ ਵੱਲੋਂ ਲੋਕਾਂ ਨੂੰ ਮਾਰਨ ਤੋਂ ਬਾਅਦ ਸਵਰਗਾਂ ਦੇ ਝਾਂਸੇ ਦੇ ਕੇ ਉਹਨਾਂ ਨੇ ਇੱਥੇ ਕੀ ਕੁਛ ਕੀਤਾ ਹੈ ਲੋਕ ਜਾਣਦੇ ਵੀ ਨਹੀਂ। ਸਿਰਸਾ ਨੇ ਦੱਸਿਆ ਕਿ 1983 ਦੇ ਵਿੱਚ 117 ਏਕੜ ਕੁਛ ਮਰਲੇ ਜ਼ਮੀਨ ਪਿੰਡ ਬਾਲਸਰਾਏ ਦੀ ਅਤੇ 282 ਏਕੜ ਜ਼ਮੀਨ ਵੜੈਚ ਦੀ ਦੋਵਾਂ ਪਿੰਡਾਂ ਦੀ ਪੰਚਾਇਤੀ ਜ਼ਮੀਨ ਨੂੰ ਲੈ ਕੇ ਨਵਾਂ ਪਿੰਡ ਬਣਾਇਆ ਗਿਆ ਜਿਸਦਾ ਨਾਮ ਡੇਰਾ ਬਾਬਾ ਜੈਮਲ ਸਿੰਘ ਰੱਖਿਆ ਗਿਆ। ਅੱਗੇ ਜੋ ਦੱਸ ਰਹੇ ਨੇ ਸਿਰਸਾ ਤੁਹਾਨੂੰ ਸੁਣਾ ਦਿੰਦੇ ਹਾਂ ਉਹਨਾਂ ਦੀ ਜ਼ੁਬਾਨੀ। ਉਹ 1927 ਦੇ ਵਿੱਚ ਗੁਰਦੁਆਰਾ ਸਾਹਿਬ ਦੇ ਨਾਂ 'ਤੇ ਜ਼ਮੀਨ ਕਰਾਈ ਗਈ ਅਤੇ ਇੱਥੇ ਜਿਹੜਾ ਸੀ ਉਹ ਗੁਰਦੁਆਰੇ ਦੀ ਸੇਵਾ ਸੰਭਾਲ ਕਰਨ ਵਾਸਤੇ ਇੱਕ ਆਦਮੀ ਹੁੰਦਾ। ਜੇ ਇਹਨੂੰ ਵਿਸਤਾਰ 'ਚ ਜਾਵਾਂਗੇ ਤਾਂ ਬਹੁਤ ਲੰਬਾ ਜਾਵੇਗਾ, ਲੇਕਿਨ ਮੈਨੂੰ ਬਹੁਤ ਸ਼ੋਰਟਕੱਟ ਜਿਹੜਾ ਉਹ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਮੌਜੂਦਾ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਰਾਧਾ ਸਵਾਮੀ ਬਿਆਸ ਇਲਾਕਾ ਇੱਥੇ ਇਹਨੇ ਕਿਸ ਤਰ੍ਹਾਂ ਜ਼ਮੀਨ ਜਿਹੜੀ ਆ ਉਹ ਲੋਕਾਂ ਦੀ ਹੜੱਪ ਕੀਤੀ ਆ। ਸਭ ਤੋਂ ਪਹਿਲਾਂ 1983 ਦੇ ਵਿੱਚ 117 ਏਕੜ ਕੁਝ ਮਰਲੇ ਜ਼ਮੀਨ ਜਿਹੜੀ ਆ ਉਹ ਪਿੰਡ ਬਾਲਸਰਾਏ ਦੀ ਅਤੇ 283 ਏਕੜ ਜ਼ਮੀਨ ਜਿਹੜੀ ਆ ਉਹ ਵੜੈਚ ਪਿੰਡ ਦੀ ਪੰਚਾਇਤ ਦੀ ਦੋਵਾਂ ਪਿੰਡਾਂ ਦੀ ਪੰਚਾਇਤੀ ਜ਼ਮੀਨ ਜਿਹੜੀ ਸੀ ਉਹ ਲੈ ਕੇ ਅਤੇ ਆਪਣੇ ਰਸੂਖ ਦੇ ਨਾਲ ਇਹ ਪਿੰਡ ਇੱਕ ਨਵਾਂ ਪਿੰਡ ਜਿਹੜਾ ਸੀ ਉਹ ਪੇਂਟ ਕੀਤਾ ਗਿਆ ਜਿਸ ਪਿੰਡ ਦਾ ਨਾਂ ਰੱਖਿਆ ਗਿਆ ਡੇਰਾ ਬਾਬਾ ਜੈਮਲ ਸਿੰਘ।